उपदेश गुरु सुन मल्लिया
देसी दुरू सुन मन ले मस्तिक पूरा भाग दुर्मस्तिक पूरा भाग दुर्मस्तिक पूरा भाग मन खेड़िया हरिया बाग के मन खेड़िया हरिया बाड़िया हरिया बाग के मन खेड़िया हरिया बा तेरा किता जत जो की तो कौन लाए अपने तरस पे हरिया खिड़िया हरिया बाग जे मन खिड़िया हरिया बाग हरिया बाग जे मन खिड़िया हरिया बाग सब दिन सिरैन गुण उच्च रे सब दिन सिरैन गुण उच्च रे हर हर उरलि बिलागे हर 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 उरलि बिलागे खिड़िया हरिया बाग के मन खिड़िया हरिया सब जपो हरिया हरिया बाग के मन खिड़िया हरिया बाग तन मन तन मन तन मन हरिया सब तन मन हरिया हो जपो हरिया हरिया बाग के मन खिड़िया हरिया बाग ज्ञान अंधेरा अज्ञान अंधेरा मिट गया अज्ञान मिट गया चानन ज्ञान चिराग गुर चानन ज्ञान चिराग ज्ञान अंधेरा अज्ञान अंधेरा मिट गया चानन ज्ञान चिराग गुर चानन ज्ञान चिराग मन खिड़िया हरिया बाग के मन खिड़िया ओ मन खिड़िया हरिया बाग के मन खिड़िया हरिया बाग सिर्फ दो मिनट बाकी ने सारी संगत अपनी रचना पवित्र करे अपनी रचना नाल
ਇਹ ਸ਼ਬਦ ਉਚਾਰਨ ਕਰੇ ਇਹ ਪੰਗਤੀਆਂ ਉਚਾਰਨ ਕਰੋ ਜੀ ਮਨ ਖਿੜਿਆ ਹਰਿਆ ਬਾਗ ਜੀ ਮਨ ਖਿੜਿਆ ਹਰਿਆ ਬਾਗ ਅਸੀਂ ਇਸ ਗੱਲ ਤੇ ਨਿਸ਼ਚੈ ਰੱਖਦੇ ਹਾਂ ਆਮ ਕਰਕੇ ਬਾਤ ਸੁਣੀ ਜਾਂਦੀ ਹੈ ਕਿ ਮਹੀਨੇ ਦੇ ਚੜ੍ਹਦੇ ਦਿਨ ਜੈਸਾ ਵਾਤਾਵਰਨ ਹੋਵੇ ਸਾਰਾ ਮਹੀਨਾ ਵੈਸਾ ਹੀ ਗੁਜ਼ਰਦਾ ਹੈ ਕਿਉਂ ਨਾ ਅਸੀਂ ਆਪਣਾ ਵਾਤਾਵਰਨ ਗੁਰਸਿੱਖੀ ਅਸੂਲਾਂ ਨਾਲ ਗੁਰਬਾਣੀ ਨਾਲ ਇਤਿਹਾਸ ਨਾਲ ਵਿਚਾਰ ਨਾਲ ਗੁਰੂ ਦੀ ਬਾਣੀ ਨਾਲ ਆਰੰਭ ਕਰੀਏ ਤਾਂ ਕਿ ਸਾਨੂੰ ਖੇੜਾ ਖੁਸ਼ੀ ਸ਼ਾਦਮਾਨੀ ਅਤੇ ਖੇੜੇ ਹੀ ਖੇੜੇ ਸਾਡੇ ਸਾਰਾ ਮਹੀਨਾ ਸਾਡੇ ਜੀਵਨ ਵਿੱਚ ਵਾਪਰਨ ਇੱਧਰੋਂ ਵੀ ਖੁਸ਼ੀਆਂ ਦੀਆਂ ਆਵਾਜ਼ਾਂ ਇੱਧਰੋਂ ਵੀ ਖੁਸ਼ੀਆਂ ਦੀਆਂ ਆਵਾਜ਼ਾਂ ਨਹੀਂ ਤਾਂ ਇਨਸਾਨ ਦੀ ਜ਼ਿੰਦਗੀ ਐਸੀ ਹੈ ਪ੍ਰਭੋ ਕਦੀ ਇਸ ਦੇ ਵਿੱਚ ਖੇੜਾ ਨਹੀਂ ਆਉਂਦਾ ਇਸ ਨੂੰ ਹਾਸਾ ਤਾਂ ਆਉਂਦਾ ਹੀ ਨਹੀਂ ਨਾ ਜੇ ਜ਼ਰਾ ਸੋਚੀਏ ਤਾਂ ਕੋਈ ਸਾਡੇ ਪਾਸ ਹੱਸਣ ਦਾ ਟਾਈਮ ਨਹੀਂ ਖੁਸ਼ੀ ਦਾ ਸਾਡੇ ਪਾਸ ਕਦੇ ਟਾਈਮ ਨਹੀਂ ਇੱਕ ਦਿਨ ਮੈਂ ਅਰਜ਼ ਕੀਤੀ ਸੀ ਇਹ ਭਵ ਜਲ ਹੈ ਨਾ ਇੱਧਰੋਂ ਵੀ ਭੌ ਦੀਆਂ ਡਰ ਦੀਆਂ ਬਾਤਾਂ ਸਾਡੇ ਕੰਨਾਂ ਵਿੱਚ ਪੈਂਦੀਆਂ ਕਦੀ ਰਿਸ਼ਤੇਦਾਰਾਂ ਵੱਲੋਂ ਕਦੀ ਸੱਜਣਾਂ ਵੱਲੋਂ ਕਦੀ ਟੱਬਰ ਵਿੱਚੋਂ ਹੀ ਤਾਂ ਸਾਡੀ ਖੁਸ਼ੀ ਦਾ ਸਮਾਂ ਤਾਂ ਬਿਲਕੁਲ ਹੈ ਹੀ ਨਹੀਂ ਨਾ ਸਾਡੀ ਜ਼ਿੰਦਗੀ ਵਿੱਚ ਹੱਸਣ ਲਈ ਤਾਂ ਸਾਡੇ ਪਾ ਟਾਈਮ ਹੀ ਕੋਈ ਨਹੀਂ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੀ ਜ਼ਿੰਦਗੀ ਨਹੀਂ ਹੱਸੇ ਸਾਰੀ ਜ਼ਿੰਦਗੀ ਕਦੀ ਹੱਸ ਕੇ ਉਹ ਕਹਿੰਦੇ ਨੇ ਜਿਸ ਦੇ ਨੇੜੇ ਇਤਨੀ ਮੌਤ ਹੋਵੇ ਉਸਨੂੰ ਹਾਸਾ ਕਿੱਥੋਂ ਹਮ ਆਦਮੀ ਹਾਂ ਇੱਕ ਦਮੀ ਸਾਹ ਆ ਗਿਆ ਤਾਂ ਖੇੜੇ ਜੇ ਭਲਾ ਨਾ ਆਵੇ ਤਾਂ ਉੱਥੇ ਹੀ ਉਹ ਜਿੱਥੇ ਸ਼ਹਿਨਾਈਆਂ ਵੱਜਦੀਆਂ ਉੱਥੇ ਰੋਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਿਹਦੇ ਨਜ਼ਦੀਕ ਇਤਨੀ ਮੌਤ ਹੋਵੇ ਇਨਸਾਨ ਦੇ ਉਸਨੂੰ ਖੇੜਾ ਕਿੱਥੋਂ ਉਸਨੂੰ ਹਾਸੇ ਕਿੱਥੋਂ ਇੱਕ ਬੜਾ ਸੁੰਦਰ ਕਿਸੇ ਮਹਾਂਪੁਰਸ਼ਾਂ ਨੇ ਸ਼ੇਰ ਲਿਖਿਆ ਹੈ ਦੋ ਆਦਮੀ ਕਹਿੰਦੇ ਹੱਸ ਸਕਦੇ ਨੇ ਇਸ ਜਹਾਨ ਦੇ ਵਿੱਚ ਇੱਕ ਬੇਵਕੂਫ ਇੱਕ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਦਰਮਿਆਨੇ ਜੋ ਅਸੀਂ ਲੋਕ ਹਾਂ ਸਾਨੂੰ ਖੇੜਾ ਕਿੱਥੋਂ ਜਾਂ ਕੋਈ ਹੱਸੇ ਦੀਵਾਨਾ ਜਾਂ ਤੂੰ ਜਿਸੇ ਤੌਫੀਕ ਦੇ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਖੇੜਾ ਬਖਸ਼ਣ ਉਹਨੂੰ ਹਾਸਾ ਆ ਸਕਦਾ ਹੈ ਉਹਦਾ ਮਨ ਖੇੜੇ ਵਿੱਚ ਆ ਸਕਦਾ ਹੈ ਜਾਂ ਫਿਰ ਅਸੀਂ ਪਗਲੇ ਹੋਈਏ ਤਾਂ ਅਸੀਂ ਹਿੜ ਹਿੜ ਕਰੀਏ ਅਸੀਂ ਆਪੇ ਦੇਖਣਾ ਸੀ ਕਿਹਨਾਂ ਵਿੱਚੋਂ ਜਾਂ ਕੋਈ ਹੰਸੇ ਦੀਵਾਨਾ ਜਾਂ ਤੂੰ ਜਿਸੇ ਤੌਫੀਕ ਦੇ ਵਰਨਾ ਇਸ ਦੁਨੀਆਂ ਮੇ ਆਕਰ ਮੁਸਕਰਾ ਸਕਤਾ ਹੈ ਕੌਣ ਜਦਕਿ ਸਾਡੇ ਨਜ਼ਦੀਕ ਇਤਨੀ ਮੌਤ ਹੈ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਨਵੇ ਤਿਸੇ ਸਰੇਵੋ ਅਸੀਂ ਉਸਦਾ ਨਾਮ ਜਪੀਏ ਮਨ ਖੇੜੇ ਵਿੱਚ ਆਵੇਗਾ ਮੁਸਰਤ ਆਵੇਗੀ ਖੁਸ਼ੀ ਆਵੇਗੀ ਆਓ ਸਾਰੇ ਇਸ ਪੰਕਤੀ ਉਚਾਰ ਕੇ ਸਮਾਪਤੀ ਕਰੀਏ ਜੀ ਮਨ ਖਿੜਿਆ ਹਰਿਆ ਬਾਗ ਜੀ ਮਨ ਖਿੜਿਆ ਹਰਿਆ ਬਾਗ ਮਨ ਖਿੜਿਆ ਹਰਿਆ ਬਾਗ ਜੀ ਮਨ ਖਿੜਿਆ ਹਰਿਆ ਬਾਗ ਮਨ ਖਿੜਿਆ ਹਰਿਆ ਬਾਗ ਜੀ ਮਨ ਖਿੜਿਆ ਹਰਿਆ ਬਾਗ ਜਨ ਨਾਨਕ ਜੀਵੇ ਦੇਖ ਹਰ ਜਨ ਨਾਨਕ ਜੀਵੇ ਦੇਖ ਹਰ ਇੱਕ ਨਿਮਖ ਕੜੀ ਮੁਖ ਲਾਗ ਇੱਕ ਨਿਮਖ ਕੜੀ ਮੁਖ ਲਾਗ ਮਨ ਖਿੜਿਆ ਹਰਿਆ ਬਾਗ ਜੇ ਮਨ ਖਿੜਿਆ ਹਰਿਆ ਬਾਗ ਮਨ ਖਿੜਿਆ ਹਰਿਆ ਬਾਗ ਜੇ ਮਨ ਖਿੜਿਆ ਹਰਿਆ ਬਾਗ ਸਭ ਤਨ ਮਨ ਹਰਿਆ ਹੋਇਆ ਸਭ ਤਨ ਮਨ ਹਰਿਆ ਹੋ
ਮਨ ਖਿੜਿਆ ਹਰਿਆ ਪਾਗ ਖਿੜਿਆ ਹਰਿਆ ਪਾਗ ਉਹ ਮਨ ਖਿੜਿਆ ਹਰਿਆ ਪਾਗ ਮਨ ਖਿੜਿਆ ਹਰਿਆ ਬਾਗ ਜੀ ਮਨ ਖਿੜਿਆ ਜਬ ਮਨ ਖਿੜਿਆ ਹਰਿਆ ਬਾ ਮਨ ਖਿੜਿਆ ਹਰਿਆ